वाहिगुरु जी का खालसा, वाहिगुरु जी वाहिगुरु जी की की फतेह जी। फतेह। स्वागत है जी तुहाडा फिर तो अगले दिन दी सवेर दा सवेर ते ते सवेर दा टाइम है ते हुण प्रोग्राम ते चले आ, सवेर दी हाजरी है ते बाकी दी अपडेट तुहानू दिंदे आ जी। वाहिगुरु जी का खालसा, वाहिगुरु जी की फतेह। कुछ कहना चाहोगे? बस आनंद लवांगे हुण कीर्तन दा। चली है ना? हाँ जी, चलो जी। जिवें कि तुहानू पता है जयपुर आए हुए हां ते रात असी पहुँच गए सीगे लगभग 10:45 बजे, तो फिर भी उस तो बाद प्रशादा पानी छकिया क्योंकि लेट बहुत सीगे, तो पर खाना खाना भी जरूरी सीगा, भुख लगी हुई सी, पर सौ गए असी। सौन तो बाद मैं ख्याल रात करते कराते 1:30 बजे बज ही गया, तो फिर थोड़ी रेस्ट अच्छी होगी। हुण असी जा रहे हैं कीर्तन ते, चलिए जाए। ਸਾਹਮਣੇ ਪਹਾੜ ਵੀ ਹੈ ਜੀ ਨਿੱਕੇ ਨਿੱਕੇ। ਅੱਛਾ, ਰਾਤੀ ਆਪਾਂ ਇਸ ਰੋਡ ਤੋਂ ਆਏ ਪਰ ਦਿਸੇ ਹੀ ਨਹੀਂ ਆਪਾਂ ਨੂੰ। ਅੱਛਾ, ਹਾਂਜੀ ਇੱਧਰੋਂ ਤੇ ਆਏ ਆਪਾਂ। ਅੱਛਾ, ਉਹ ਸਾਹਮਣੇ ਗੁਰਦੁਆਰਾ ਸਾਹਿਬ ਜੀ ਪਹੁੰਚ ਗਏ ਹਾਂ। 5 ਮਿੰਟ ਦਾ ਰਸਤਾ ਸੀਗਾ ਹੋਟਲ ਤੋਂ। ਸੋ ਜੀ, ਕੀਰਤਨ ਕਰਕੇ ਉਸ ਤੋਂ ਬਾਅਦ ਅਸੀਂ ਵਾਪਸ ਚਲੇ ਗਏ ਸੀ ਹੋਟਲ ਪ੍ਰਸ਼ਾਦਾ ਪਾਣੀ ਛੱਕ ਕੇ, ਅਤੇ ਹੁਣ ਅਸੀਂ ਮਾੜਾ ਜਿਹਾ ਨਿਕਲੇ ਹਾਂ। ਇੱਕ ਕੰਮ ਕਰਨਾ ਸੀ, ਗੱਡੀ ਧੁਆਉਣੀ ਸੀਗੀ, ਬਹੁਤ ਜ਼ਿਆਦਾ ਗੰਦੀ ਹੋਈ ਪਈ ਗੱਡੀ, ਅਤੇ ਗੱਡੀ ਧੁਆ ਕੇ ਵੈਸੇ ਤਾਂ ਵਾਪਸੀ ਜਾਣ ਦਾ ਹੀ ਪ੍ਰੋਗਰਾਮ ਹੈ, ਕੋਈ ਖਾਸ ਨਹੀਂ ਹੈਗਾ, ਪਰ ਦੇਖਦੇ ਹਾਂ ਜੇ ਕੁਛ ਖਾਸ ਹੋਇਆ ਤਾਂ ਤੁਹਾਨੂੰ ਨਾਲ ਦਿਖਾ ਦਾਂਗੇ ਗੱਚਕ ਭੰਡਾਰ, ਅਤੇ ਬਾਕੀ ਦਿਖਾ ਦਿਆਂਗੇ ਤੁਹਾਨੂੰ। ਆਓ ਪਹਿਲਾਂ ਗੱਡੀ ਧੁਆਈਏ, ਬਾਹਰ ਨਾਲੇ ਜੈਪੁਰ ਦੇਖ ਲਓ ਤੁਸੀਂ। ਸਾਨੂੰ ਤਾਂ ਨਾ ਕਾਰ ਵਾਸ਼ ਨਹੀਂ ਮਿਲਦਾ ਪਿਆ, ਅਸੀਂ ਵਾਰ ਵਾਰ ਘੁੰਮ ਘੁੰਮ ਕੇ ਆਣ ਡਏ ਹਾਂ, ਕਾਰ ਵਾਸ਼ ਹੀ ਨਹੀਂ ਮਿਲ ਰਿਹਾ। ਹੁਣ ਇੱਕ ਲੱਭਿਆ ਗੂਗਲ 'ਤੇ, ਕਹਿੰਦੇ ਇੱਧਰਲੇ ਪਾਸੇ ਹੈਗਾ, ਹੁਣ ਦੇਖਦੇ ਹਾਂ। ਟੈਕਨੋਲੋਜੀ ਦੀ ਮਦਦ ਲਈ ਹੈ, ਟੈਕਨੋਲੋਜੀ ਦੀ ਮਦਦ ਲਈ ਹੈ। ਇਹ ਦੇਖੋ ਜੀ ਬਰਤਨ, ਜੈਪੁਰੀ ਬਰਤਨ, ਵਾਹ ਸਾਰਾ ਕੁਛ ਲੱਭ ਰਿਹਾ ਪਰ ਗੱਡੀ ਵਾਲਾ ਨਹੀਂ ਮਿਲ ਰਿਹਾ ਸਾਨੂੰ, ਕਾਰ ਵਾਸ਼ ਵਾਲਾ। ਥੋੜ੍ਹੀ ਜਿਹੀ ਪਿੰਕ ਸਿਟੀ ਦੀ ਝਲਕ, ਉਹ ਸਾਹਮਣੇ ਹੈ ਪਿੰਕ ਪਿੰਕ। ਇਹ ਨਾ ਜਿਹੜਾ ਜੈਪੁਰ ਹੈ ਨਾ, ਪਿੰਕ ਸਿਟੀ ਕਾਰਨ ਬੜਾ ਮਸ਼ਹੂਰ ਹੈ। ਇੱਥੇ ਲੋਕਾਂ ਦੇ ਘਰਾਂ ਨੂੰ ਨਾ ਪਿੰਕ ਰੰਗ ਨਾਲ, ਪਹਿਲਾਂ ਪਹਿਲਾਂ ਸਾਰੇ ਪਿੰਕ ਹੁੰਦੇ ਸੀਗੇ, ਇਸ ਲਈ ਇਹਨੂੰ ਪਿੰਕ ਸਿਟੀ ਕਿਹਾ ਜਾਂਦਾ ਸੀ। ਹੁਣ ਤਾਂ ਸਾਰੇ ਕਲਰਫੁੱਲ ਹੋਇਆ ਪਿਆ, ਹੁਣ ਉਹ ਸਿਰਫ ਪਿੰਕ ਵਾਲੀ ਗੱਲ ਨਹੀਂ ਮੈਨੂੰ ਨਜ਼ਰ ਆ ਰਹੀ। ਲਓ ਜੀ ਗੱਡੀ ਵਾਸ਼ ਹੋ ਰਹੀ ਹੈ, ਗੱਡੀ ਚਿੱਟੀ ਪੇਂਟ ਹੋ ਗਈ। ਜੈਪੁਰ ਵਿੱਚ ਸਨੋਅ ਦਾ ਮਾਹੌਲ ਬਣਿਆ ਹੋਇਆ। ਗੱਡੀ ਅਸਲ ਇੰਗਲੈਂਡ ਗਈ ਨਹੀਂ ਨਾ ਸੀਗੀ, ਇਹਨੂੰ ਕਿਹਾ ਇੱਥੇ ਸਵਾਦ ਦੇ ਦੀ ਕੋਈ ਨਹੀਂ। ਲਓ ਜੀ ਧੋਤੀ ਗਈ ਗੱਡੀ। ਲਓ ਜੀ ਨਾਰੀਅਲ ਪਾਣੀ ਪੀਤਾ ਜਾ ਰਿਹਾ, ਅਤੇ ਪਿਆਸ ਲੱਗੀ ਸੀ, ਮੈਂ ਕਿਹਾ ਕੁਛ ਚੰਗਾ ਪੀਂਦੇ ਹਾਂ। ਉਹ ਬੱਚਾ ਬੜਾ ਕਿਊਟ ਹੈ, ਤੁਹਾਨੂੰ ਦਿਖਾਵਾਂ। ਯੇ ਮੀਠਾ ਲਿਆ, ਵੀਡੀਓ ਬਣ ਰਿਹਾ ਤੁਹਾਡਾ।
ਉਹ ਬੱਚਾ ਵੇਖਿਆ ਤੇ ਮੇਰਾ ਮਨ ਕੀਤਾ ਮੈਂ ਕਿਹਾ ਇੱਥੇ ਬ੍ਰੇਕ ਲਾਉਂਦੇ ਹਾਂ। ਆ ਕੀ ਕਰ ਰਹੇ ਹੋ ਮਹਾਰਾਜ? ਇਹ ਬੂਟ ਚਮਕ ਰਹੇ ਸੈਲਫ ਸੈਲਫ ਪਾਲਿਸ਼ ਸੈਲਫ ਪਾਲਿਸ਼ ਸੈਲਫ ਬ੍ਰਸ਼ ਦੀ ਲੋੜ ਨਹੀਂ ਆ। ਦੇਖੋ ਇਦਾਂ ਮਾਰੋ ਇਦਾਂ ਐ ਚਮਕ ਜਾਂਦੇ ਬੂਟ ਪੂਰੇ। ਇਹ ਜਰਾਬ ਮਾਰਨੇ ਬੂਟ ਤੇ ਜਰਾਬ ਹੋ ਗਈ ਹੈ ਪੋਲੀ ਪੋਲੀ ਮਾਰਨੀ। ਅੱਛਾ ਪੋਲੀ ਪੋਲੀ ਮਾਰਨੀ। ਆ ਦੇਖੋ ਹੁਣ ਬੂਟ ਦੇਖੋ ਇਹ ਇੱਕ ਬੱਟੇ ਆ ਚਮਕ ਗਏ ਨਾ ਬੂਟੇ। ਕਮਾਲ ਕਰਤੀ ਹੈ ये मारे सिमरन का नवा स्टाइल है जी। ये ऊपर जराब मारो हल्की 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 बस जिदा आ है ना जिदा आ बूट है बस इन्हें तो इदा मारो। जे ब्रश नहीं है तो इदा मारो तो बूट चमक जाते एकदम। वाह ਇਹ ਕਿੱਥੋਂ ਕਾਢਾ ਗੱਡੀ ਜਾਂਦੇ ਮਹਾਰਾਜ? ਮੇਰੇ ਤੋਂ ਤਾਂ ਨਹੀਂ ਹੋਇਆ ਤੁਹਾਡਾ ਚਮ ਜ਼ਰੂਰ ਤੁਹਾਡੇ ਨਾਲ ਮਹਾਰਾਜ ਰਹਿ ਰਹਿ ਕੇ ਨਾ ਕਰਦੀ ਹੈ ਇਨਵੈਂਸ਼ਨ ਹੋ ਜਾਂਦੀ ਨਵੀਂ ਨਵੀਂ ਕੋਈ। ਚਲੋ ਜੀ ਚੱਲੇ ਹਾਂ ਜੀ ਸ਼ਾਮ ਦੇ ਦੀਵਾਨਾ ਦੇ ਵਿੱਚ ਅਤੇ ਚਾਹ ਪਾਣੀ ਪੀ ਲਈ ਹੈ ਪਾਠ ਪੂਜਾ ਕਰ ਲਿਆ ਅਤੇ ਚੱਲੀਏ ਜੀ ਹੁਣ ਆਪਾਂ। ਸੋ ਜੀ ਪਹੁੰਚ ਗਏ ਹਾਂ ਜੀ ਵਾਪਸੀ ਕਮਰੇ ਦੇ ਵਿੱਚ ਅਤੇ ਸਵੇਰੇ ਫਿਰ ਮਿਲਦੇ ਹਾਂ ਜੀ ਆਪਾਂ ਅਤੇ ਹਾਂਜੀ ਮਿਲਦੇ ਹਾਂ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।